ਸਮਰਾਲਾ ਦੇ ਨੇੜਲੇ ਪਿੰਡ ਕਕਰਾਲਾ ਖੁਰਦ ਜਿਸ ਵਿੱਚ ਇੱਕ ਗਰੀਬ ਪਰਿਵਾਰ ਰਹਿੰਦਾ ਹੈ। ਇਸ ਪਰਿਵਾਰ ਦੇ ਵਿੱਚ 3 ਮੈਂਬਰ ਨੇ ਜਿਸ ਵਿੱਚ ਮਾਤਾ ਪਿਤਾ ਅਤੇ ਇਹਨਾਂ ਦਾ ਇੱਕ ਨੌਜਵਾਨ ਬੇਟਾ ਰਹਿੰਦਾ ਹੈ। ਲੜਕੇ ਦੀ ਉਮਰ 22 ਸਾਲ ਹੈ ਜੋ ਪਿਛਲੇ 1.5 ਸਾਲਾਂ ਤੋਂ ਦਿਲ ਦੀ ਗੰਭੀਰ ਬਿਮਾਰੀ ਤੋਂ ਪੀੜਤ ਹੈ। ਉਸ ਦਾ ਇਲਾਜ PGI ਚੰਡੀਗੜ੍ਹ ਵਿਖੇ ਪਿਛਲੇ 1 ਸਾਲ ਤੋਂ ਚੱਲ ਰਿਹਾ ਸੀ। ਹੁਣ ਡਾਕਟਰਾਂ ਦਾ ਕਹਿਣਾ ਹੈ ਕਿ ਲੜਕੇ ਦੇ ਦਿਲ ਦਾ ਟ੍ਰਾਂਸਪਲਾਂਟ ਕੀਤਾ ਜਾਏਗਾ ਜਿਸ ਤੇ ਲਗਭਗ 10 ਲੱਖ ਰੁਪਏ ਦਾ ਖਰਚਾ ਆਵੇਗਾ। ਇਹ ਪਰਿਵਾਰ ਬੇਹੱਦ ਜ਼ਰੂਰਤਮੰਦ ਤੇ ਬੇਬਸ ਹੈ ਕਿਉਂਕਿ ਇਸ ਪਰਿਵਾਰ ਪਾਸ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈ। ਘਰ ਵਿੱਚ ਕੋਈ ਵੀ ਕਮਾਉਣ ਵਾਲਾ ਵੀ ਨਹੀਂ ਹੈ। ਲੜਕੇ ਦੇ ਪਿਤਾ ਦੀ ਦੋਨਾਂ ਅੱਖਾਂ ਦੀ ਰੋਸ਼ਨੀ ਚਲੇਗੀ। ਲੜਕੇ ਦੀ ਮਾਤਾ ਦਾ ਕਹਿਣਾ ਹੈ ਕਿ ਉਹ ਹੀ ਘਰ ਦਾ ਕੰਮ ਕਰਦੀ ਹੈ। ਪਿੰਡ ਵਾਸੀਆਂ ਵੱਲੋਂ ਇਸ ਪਰਿਵਾਰ ਦੀ ਮਦਦ ਲਈ 3 ਲੱਖ ਰੁਪਏ ਦੀ ਰਾਸ਼ੀ ਇਕੱਠੀ ਤਾਂ ਕੀਤੀ ਗਈ ਸੀ ਪਰ ਉਸ ਨਾਲ ਪੀੜਤ ਲੜਕੇ ਦਾ ਇਲਾਜ 1.5 ਸਾਲ ਤੋਂ ਚੱਲ ਰਿਹਾ ਸੀ। ਹੁਣ ਡਾਕਟਰਾਂ ਵੱਲੋਂ ਕਹੇ ਜਾਣ ਤੋਂ ਬਾਅਦ ਪਰਿਵਾਰ ਨੇ ਮਦਦ ਦੀ ਗੁਹਾਰ ਲਵਾਈ ਹੈ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਅੱਗੇ ਗੁਜ਼ਾਰਿਸ਼ ਕੀਤੀ ਹੈ ਕਿ ਸਾਡੀ ਮਦਦ ਕੀਤੀ ਜਾਵੇ ਅਤੇ ਉਹਨਾਂ ਦੇ ਬੇਟੇ ਨੂੰ ਬਚਾਉਣ ਲਈ 10 ਲੱਖ ਰੁਪਏ ਦੀ ਲੋੜ ਹੈ ਜੋ ਵੀ ਕਿਸੇ ਦੀ ਜਾਨ ਦੀ ਕੀਮਤ ਤੋਂ ਬਹੁਤ ਘੱਟ ਹੈ। ਮਾਛੀਵਾੜਾ ਸਾਹਿਬ ਤੋਂ ਗੁਰਦੇਵ ਸੋਹਲ ਤੇ ਮਨੋਜ ਮੋਗਾ ਦੀ ਖਾਸ ਰਿਪੋਰਟ। ਸੁਖਵਿੰਦਰ ਸਿੰਘ ਜੀ ਕਿਹੜਾ ਪਿੰਡ ਹੋ ਗਿਆ? ਕਸਾਲਾ ਖੁਰਦ ਜੀ। ਬੇਟਾ ਬਿਮਾਰ ਪਿਆ। ਹਾਂਜੀ। ਤੁਸੀਂ ਵੀ ਕੰਮ ਤੋਂ? ਜਮਾਂ ਜੀ ਮੈਂ ਕੁਛ ਨੀ ਕਰ ਸਕਦਾ, ਮੈਂ 7 ਸਾਲ ਤੋਂ ਬੈਠਾ ਜੀ ਇੱਥੇ। ਅੱਖਾਂ ਦੀ ਮੇਰੀ ਕੋਈ ਨਿਗਾਹ ਨੀ ਹੈਗੀ, ਮੈਨੂੰ ਇੱਥੇ ਧੁੰਦੇ ਧੁੰਦੇ ਵੀ ਅੰਦਰ ਮੈਨੂੰ ਆਇਆ ਕੋਲ ਬੈਠਿਆ ਤਾਂ ਕੋਈ ਦਿਖਦਾ ਨਹੀਂ, ਕੋਈ ਆਉਂਦਾ ਜਾਂਦਾ ਮੈਨੂੰ ਕੋਈ ਪਤਾ ਨੀ ਚੱਲਦਾ ਜੀ। ਤੁਹਾਡੀ ਅੱਖਾਂ ਦਾ ਜਿਹੜਾ ਰੋਸ਼ਨੀ ਗਈ ਹੈ ਕਾਰਨ ਕੀ ਹੋ ਰਿਹਾ? ਕਾਰਨ ਜੀ ਕੋਈ ਪਤਾ ਨੀ, ਪਹਿਲਾਂ ਮੈਂ ਰਾਜਮਿਸਤਰੀ ਦਾ ਕੰਮ ਕਰਦਾ ਸੀ, ਉਸ ਬਾਅਦ ਇੱਥੇ ਹੌਲੀ ਹੌਲੀ ਇੱਥੇ ਅੱਖ ਦੀ ਜਾਂਦੀ ਜਾਂਦੀ ਨਿਗਾਹ ਇਹਦੀ ਜਮਾਂ ਹੀ ਖਤਮ ਆਈ। ਇਹਦੇ ਇਹਦਾ ਪੇਸ਼ੈਂਟ ਕਰਾਇਆ ਸੀ ਤੇ ਇਹਦਾ ਨਿਗਾਹ ਬਣੀ ਹੋਈ ਧੁੰਦੇ ਦਿੰਦੀ ਹੈ। ਹਾਂਜੀ ਜੀ ਬਹੁਤ ਔਖਾ, ਮੇਰਾ ਬੱਚਾ ਇਹੀ ਮੈਨੂੰ ਸਾਂਭ ਲਿਆ ਰਾਜੀ, ਮੇਰਾ ਕੋਈ ਸਹਾਰਾ ਹੈ ਕਿ ਮੇਰੀ ਮੈਂ ਨਗਰ ਵਾਸੀਆਂ ਸਾਰੇ ਪੰਜਾਬ ਨੂੰ ਕਹਿਣਾ ਮੇਰੇ ਬੱਚੇ ਦਾ ਇਲਾਜ ਹੋ ਜਾਵੇ, ਮੈਂ ਸਭ ਦਾ ਧੰਨਵਾਦ ਕਰੂੰਗਾ ਬਹੁਤ ਵੀ ਮੇਰਾ ਬੇਟਾ ਬਚਾਇਆ ਜਾਵੇ। ਮੈਂ ਇਹ ਲੋਕਾਂ ਨੂੰ ਇਹ ਕਹਿਣਾ ਵੀ ਮੇਰਾ ਬੇਟਾ ਬਚਾਓ, ਮੈਂ ਸਭ ਨੂੰ ਲੋੜਾਂ ਦਾ ਕਾਫੀ ਆ ਰਿਹਾ ਸਾਡਾ ਵੀ ਮਨ ਭਾ ਬੱਚਾ ਵਾ ਉਮਰ ਵੀ ਜਾਣ ਥੋੜੀ ਜਿਹੀ। ਹਾਂਜੀ ਮੇਰੀ ਸਹਾਇਤਾ ਕਰਨ, ਮੈਂ ਪੰਜਾਬ ਵਾਸੀਆਂ ਨੂੰ ਇਹੀ ਗੱਲ ਕਹਿਣਾ ਕਿ ਮੇਰੇ ਬੱਚੇ ਦਾ ਇਲਾਜ ਹੋ ਜਾਵੇ, ਮੇਰਾ ਸਹਾਰਾ ਬਣੇ, ਸਾਡਾ ਕੋਈ ਸਹਾਰਾ ਨਹੀਂ ਹੈਗਾ। ਹਾਂ ਪਹਿਲਾਂ ਵੀ ਅਸੀਂ ਕਹਿ ਚੁੱਕੇ ਹਾਂ ਪਰ ਲੋਕਾਂ ਨੂੰ ਮੇਰੀ ਚਿਹਰੇ ਨੇ ਨਹੀਂ ਸੁਣੀ। ਅੱਜ ਮੇਰਾ ਬੱਚਾ ਜਾਨ ਦੇ ਉੱਪਰ ਖੇਡਦਾ, ਰਾਤ ਨੂੰ ਨਾ ਪੈਂਦਾ, ਮੈਂ ਸਾਰੀ ਰਾਤ ਬੈਠਾ ਰਹਿੰਦਾ, ਖੰਘੀ ਜਾਂਦਾ, ਡੈਡੀ ਮੈਨੂੰ ਮਾਰਦੇ, ਮੇਰੇ ਮੇਰੇ ਲੱਤਾਂ ਮਾਰਦੇ, ਮੇਰੇ ਪੈਰ ਮਾਰਦੇ, ਪਰ ਅੱਖਾਂ ਤੋਂ ਮੈਂ ਇੰਨਾ ਮੈਂ ਫਿਰ ਬੈਠਾ ਉੱਕਣੇ ਕਰਦਾ, ਤੂੜੇ ਦੋਏ ਮੇਰੇ ਖਰਾਬ ਆ ਜੀ, ਕਈ ਬੇਟੇ ਦਾ ਮੇਰਾ ਇਲਾਜ ਹੋ ਗਿਆ ਜੀ, ਇਹੀ ਧੰਨਵਾਦ ਲੋਕਾਂ ਦਾ ਕਰੂੰਗਾ ਅਤੇ ਮੇਰਾ ਬੱਚਾ ਦੁਨੀਆਂ ਦੇ ਇੱਕ ਪਾਸ ਜਾ ਰਹੇ। ਬਲਵਿੰਦਰ ਕੌਰ ਹੈ, ਇਹ ਜੀ 1.5 ਸਾਲ ਤੋਂ ਬਿਮਾਰ ਹੈ। ਕੀ ਨਾਮ ਜੀ? ਸਿਮਨਪ੍ਰੀਤ ਸਿੰਘ। ਉਮਰ ਕਿੰਨੀ? ਇਹਦੀ 22 ਸਾਲ ਉਮਰ ਹੈ। ਜਦੋਂ ਤੁਹਾਨੂੰ ਪਤਾ ਲੱਗਿਆ ਵੀ ਇਹਨੂੰ ਬਿਮਾਰੀ ਹੈ, ਇਹ ਕੀ ਪੁਰਾਣੀ ਗੱਲ ਹੈ? ਇਹ ਮਤਲਬ 1.5 ਸਾਲ ਤੋਂ ਸਾਨੂੰ ਪਤਾ ਲੱਗਿਆ ਜੀ ਵੀ ਇਹਦਾ ਹਾਰਟ ਮਤਲਬ ਥੋੜਾ ਕੰਮ ਕਰਦਾ। ਕੀ ਪ੍ਰੋਬਲਮ ਸੀ ਆਈ ਸੀ? ਪ੍ਰੋਬਲਮ ਇਹਨੂੰ ਖਾਂਸੀ ਹੋਈ ਸੀਗੀ ਬਸ, ਉਸ ਤੋਂ ਬਾਅਦ ਕੁਛ ਨੀ ਜੀ, ਕਦੇ ਕਦੇ ਮਤਲਬ ਪੇਟ ਚ ਗੜਬੜ ਰਹਿੰਦੀ। ਚਲੋ ਇਹ ਤਾਂ ਅਸੀਂ ਕਹਿੰਦੇ ਵੀ ਆਮ ਹੋ ਜਾਂਦੀਆਂ ਦੇਖ ਬੰਦੇ ਦੇ, ਦਵਾਈ ਦਵਾ ਦਿੰਦੇ ਤੇ ਫਿਰ ਠੀਕ ਰਹਿੰਦੀ ਸੀ। ਪਹਿਲਾਂ ਸਾਨੂੰ ਕੋਈ ਪਤਾ ਨੀ ਸੀ ਲੱਗਿਆ ਹੈਗਾ ਇਸ ਬਿਮਾਰੀ ਦਾ, ਤੇ ਹੁਣ ਜਦੋਂ ਅਸੀਂ ਚੈੱਕ ਕਰਾਇਆ ਤਾਂ ਇਹਨੂੰ ਫਿਰ ਹਾਰਟ ਦੀ ਪ੍ਰੋਬਲਮ ਨਿਕਲੀ। ਪਹਿਲਾਂ ਕਿੱਥੇ ਲੈ ਗਏ ਸੀ? ਪਹਿਲਾਂ ਇਹਨੂੰ ਰਾਣਾ ਹਸਪੀਟਲ ਖਮਾਣੋ ਚ ਲੈ ਕੇ ਗਏ ਸੀ। ਉਹਨਾਂ ਨੇ ਫਿਰ ਹਾਂਜੀ ਉਹਨਾਂ ਨੇ ਟੈਸਟ ਕਰਾਇਆ, ਉਸ ਤੋਂ ਫਿਰ ਬਾਅਦ ਫਿਰ ਉਹਨਾਂ ਕੀ ਕਿਹਾ? ਉਹਨਾਂ ਨੇ ਕਿਹਾ ਵੀ ਤੁਸੀਂ ਚੰਡੀਗੜ੍ਹ ਰੈਫਰ ਕਰਤਾ, ਤੁਹਾਨੂੰ ਵੀ ਉੱਥੇ ਜਾਓ। ਅਸੀਂ ਐਮਰਜੈਂਸੀ ਗਏ ਜੀ, ਉਹਨਾਂ ਨੇ ਫਿਰ ਸਾਨੂੰ ਹਾਰਟ ਵਾਲੀ ਕਰਤਾ, ਉੱਤੋਂ ਦੇਖੋ ਬੱਚੇ ਦਾ ਟ੍ਰੀਟਮੈਂਟ ਚੱਲਦਾ ਰਿਹਾ ਜੀ, 1 ਸਾਲ ਵਧੀਆ ਰਿਹਾ। ਹਾਰਟ ਕੀ ਪ੍ਰੋਬਲਮ ਸੀ? ਇਹਦਾ ਕਮਜ਼ੋਰ ਹੈ ਹੱਥ, ਹਾਂਜੀ 15-20% ਕੰਮ ਕਰ। ਕਿੰਨਾ ਟਾਈਮ ਹੋ ਗਿਆ PGI? ਅਸੀਂ ਪਹਿਲਾਂ ਵੀ 2 ਮਹੀਨੇ ਰਹੇ ਤੇ ਹੁਣ ਵੀ ਮਤਲਬ ਅਸੀਂ 1.5 ਮਹੀਨਾ ਰਹਿ ਕੇ ਆਏ, ਮਤਲਬ ਪਰਸੋਂ ਤੇ ਛੁੱਟੀ ਮਿਲੀ ਜੀ, ਅਸੀਂ ਘਰ ਲੈ ਕੇ ਆਏ ਜੀ। ਤੁਸੀਂ ਇਹਨੂੰ 1.5 ਸਾਲ ਹੋ ਗਏ ਬਿਮਾਰੀ ਨਾਲ ਜੀ ਹੋ? ਹਾਂਜੀ। ਕੀ ਤੁਹਾਨੂੰ ਕਿਸੇ ਨੇ ਕੋਈ ਮਦਦ ਨਹੀਂ ਕੀਤੀ? ਸਾਡੇ ਪਿੰਡ ਵੱਲੋਂ ਥੋੜੀ ਮਦਦ ਕੀਤੀ ਸੀ, ਉਹ ਤੁਹਾਨੂੰ ਪਤਾ ਦਵਾਈਆਂ PGI ਚ ਦੇਖੋ ਇੰਨੀਆਂ ਢੇਰ ਸਾਰੀਆਂ ਦਵਾਈਆਂ ਚੱਲਦੀਆਂ ਕਿ ਉਹ ਸਾਡੇ ਪੈਸਾ ਲੱਗ ਚੁੱਕੇ ਆ ਜੀ ਸਾਰੇ, ਤੇ ਹੁਣ ਵੀ ਅਸੀਂ ਬਹੁਤ ਔਖਾ ਸਾਰਦੇ ਹਾਂ। ਕਿੰਨੇ ਬੱਚੇ ਆ? 2 ਹੈ ਮੁੰਡਾ ਤੇ 1 ਬੇਟੀ ਹੈ। ਬੇਟੀ ਨਾਲ ਰਹਿੰਦੇ? ਨਹੀਂ ਬੇਟੀ ਵਿਆਹੀ ਹੋਈ ਹੈ। ਤੁਹਾਡੇ ਹਸਬੰਡ ਕੀ ਕਰਦੇ? ਮੇਰੇ ਹਸਬੰਡ ਆ ਬੈਠੇ ਨੇ ਜੀ, ਇਹਨਾਂ ਤੋਂ ਦੇਖੋ 2 ਚੂਲੇ ਫੇਲ ਨੇ, 2 ਅੱਖਾਂ ਦੀ ਨਿਗਾਹ ਨਹੀਂ ਜੀ।
ਇੱਥੇ ਕਮਾਉਣ ਵਾਲਾ ਘਰ ਚ ਕੋਈ ਨੀ ਜੀ, ਬੇਟਾ ਮਾੜਾ ਮੋਟਾ ਕੰਮ ਕਰਦਾ ਤਾ ਜੀ, ਇਹ ਵੀ ਦੇਖੋ ਬੈਠ ਸਕਿਆ ਹੁਣ। ਕੀ ਕੰਮ ਕਰਦਾ? ਇਹ ਜੀ ਸ਼ੀਸ਼ੇ ਦਾ ਕੰਮ ਕਰਦਾ ਸੀ। ਹਾਂਜੀ, ਡਿਜ਼ਾਇਨਿੰਗ ਕੰਮ ਸਿੱਖ ਰਿਹਾ ਤਾ ਜੀ, ਤੇ ਚਲੋ ਹੌਲੀ ਹੌਲੀ ਇਹਨੇ ਕਰਨ ਵੀ ਲੱਗ ਜਾਣਾ ਸੀ। ਥੋੜੀ ਬਹੁਤੀ ਕਰਕੇ ਗਏ ਤੇ ਜੀ, ਹੁਣ ਉਹਨਾਂ ਨੇ ਤਾਂ ਹਲੇ ਕੁਛ ਨੀ ਜੀ ਕੀਤਾ ਹੈਗਾ। ਉਹਨਾਂ ਨੇ ਟ੍ਰਾਂਸਪਲਾਂਟ ਦੱਸਿਆ ਜੀ। ਕਿੰਨਾ ਖਰਚਾ ਆ ਗਿਆ? ਉਹਦੇ ਤੇ ਜੀ 1 ਲੱਖ ਸਾਡਾ ਉੱਥੇ ਪਹੁੰਚ ਚੁੱਕਿਆ, ਤੇ 7 ਲੱਖ ਦੀ ਅਮਾਊਂਟ ਆਪਾਂ ਨੂੰ ਹੋਰ ਲਿਖ ਕੇ ਦਿੱਤੀ ਹੋਈ ਆ, ਤੇ ਬਾਕੀ ਹੋਰ ਵੀ ਲੱਗ ਸਕਦੇ ਜੀ ਉੱਪਰ। ਕੋਈ ਹੱਲ ਹੋ ਰਿਹਾ ਪੈਸੇ? ਪੈਸਾ ਨਾਲ ਲੈ ਕੋਈ ਨਹੀਂ ਹੋਇਆ। ਕੀ ਕਹਿਣਾ ਜੀ? ਸੌਰੀ, ਤੁਸੀਂ ਜਿਹੜੇ ਤੋਂ ਸਾਡਾ ਚਾਹੋ ਜੀ, ਜਿਹੜੇ ਉਹਨੂੰ ਕੀ? ਅਸੀਂ ਉਹਨੂੰ ਤਾਂ ਇਹੀ ਮੰਗ ਕਰਦੇ ਜੀ, ਮੇਰੇ ਬੇਟੇ ਦਾ ਜਲਦੀ ਹੋ ਜਾਂਦੀ ਇਲਾਜ ਹੋਵੇ ਜੀ, ਤਾਂ ਜੋ ਮੇਰਾ ਬੱਚਾ ਇਹ ਬਿਮਾਰੀ ਦੀ ਚਪੇਟ ਤੋਂ ਠੀਕ ਹੋ ਸਕੇ ਜੀ, ਔਰ ਸਾਡੇ ਪਰਿਵਾਰ ਦਾ ਸਹਾਰਾ ਬਣ ਸਕੇ ਜੀ। ਦੇਖੋ ਮੈਂ ਦੁਖਿਆਰੀ ਮਾਂ ਕੁਛ ਨਹੀਂ ਕਰ ਸਕਦੀ, ਮੇਰੇ ਕੋਲ ਕੋਈ ਕਮਾਈ ਦਾ ਸਾਧਨ ਨਹੀਂ ਜੀ ਹੈਗਾ, ਮੇਰੇ ਕੋਲ ਬਸ ਇੱਕ ਬੇਟਾ। ਇਹ ਮੇਰੀ ਝੋਲੀ ਚ ਪਾ ਦੇਵੇ, ਗੋਈ ਦਾ ਨਹੀਂ ਸੁਣਦਾ ਹੋਵੇ ਤਾਂ ਮੇਰੀ ਮਾਤਾ ਦੀ ਪੁਕਾਰ ਸੁਣੇ ਕੋਈ, ਔਰ ਮੇਰੇ ਬੱਚੇ ਦਾ ਇਲਾਜ ਕਰਾਵੇ ਜੀ ਕੋਈ। ਇਹ ਤਾਂ ਕਾਫੀ ਟਾਈਮ ਤੋਂ ਆਈ ਆ, 5ਵੀਂ ਵਾਰ ਦਾਖਲ ਹੋ ਰਿਹਾ ਜੀ ਇਹ। ਤੁਹਾਡਾ ਕੀ ਲੱਗਦਾ? ਭਤੀਜਾ ਜੀ ਸਾਡਾ। ਇਲਾਜ ਹੋਵੇ ਠੀਕ ਆ, ਆਪਣੇ ਘਰ ਰਹੂਗਾ ਬਸ। ਕੀ ਕਿਹਾ ਗਿਆ ਡਾਕਟਰਾਂ ਨੇ, ਕੀ ਇਲਾਜ ਹੋਣਾ? ਡਾਕਟਰ ਕਹਿੰਦੇ ਜੀ ਹਾਰਟ ਪਰ ਉਹਦਾ ਉਹ ਹੈ। ਕਿਹੜੇ ਕਿੱਥੇ ਲੈ ਗਏ? ਕਿਹੜੇ ਹਸਪਤਾਲ? ਆਪਣੇ ਚੰਡੀਗੜ੍ਹ PI 32 ਜੀ। ਘਰੇ ਉਹਨਾਂ ਨੇ ਜਵਾਬ ਦਿੱਤਾ ਜੀ ਡਾਕਟਰਾਂ ਨੇ। ਕਿਸ ਗੱਲ ਦਾ ਜਵਾਬ? ਉਹ ਕਹਿੰਦੇ ਵੀ ਜਦੋਂ ਪੈਸੇ ਆਉਣਗੇ ਸਾਡੇ ਕੋਲ ਲਿਆਇਓ, ਅਸੀਂ ਆਪਰੇਸ਼ਨ ਕਰ ਲਵਾਂਗੇ ਜੀ। ਆਹ ਗੱਲ ਹੋਈ ਹੈ ਜੀ। ਹੁਣ ਕੋਈ ਪੈਸਿਆਂ ਦਾ ਕੋਈ ਹੋ ਰਿਹਾ ਰਹੇ ਨੂੰ? ਨਹੀਂ ਜੀ। ਕੀ ਕਹਿਣਾ ਚਾਹੁੰਦੇ ਜਿਹੜੇ ਦਰਸ਼ਕ ਸਾਡੇ ਦੇਖ ਰਹੇ ਫੁੱਟ ਦੇ? ਉਹ ਤਾਂ ਜੀ ਐਂ ਕਹਿੰਦੇ ਹੁਣ ਪਿੰਡ ਦਾ ਸਰਪੰਚ ਹੈ ਵੀ ਜਿਵੇਂ ਲੋਕਾਂ ਵਾਂਗ ਵੀ ਕੋਈ ਮੈਂ ਦੇ ਦੂੰ ਪੈਸੇ। ਤੁਸੀਂ ਸੰਸਥਾਵਾਂ ਜਿਹੜੀਆਂ ਹੈਗੀਆਂ ਨੇ ਕੀ ਅਪੀਲ ਕਰਨੀ ਚਾਹੁੰਦੇ? ਬਸ ਜੀ ਮਦਦ ਹੋ ਜਾਵੇ ਬਸ।